ਦਗੋਆ ਜਿਹੜਾ ਪਿੰਡ ਹੈ ਉਹਦੇ 'ਚ 16 ਅਤੇ 17 ਦੀ ਰਾਤ ਨੂੰ ਸ਼ੀਲਾ ਦੇਵੀ ਨਾਮ ਦੀ ਬਜ਼ੁਰਗ ਔਰਤ ਦਾ ਕਤਲ ਹੋਇਆ ਸੀ ਔਰ ਉਹਦੇ 'ਚ ਅਸੀਂ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਉਹਨੂੰ ਗੱਲ ਨੂੰ ਇਨਵੈਸਟੀਗੇਟ ਕੀਤਾ ਔਰ ਉਹਦੇ 'ਚ ਇੱਕ ਮੇਨ ਗੱਲ ਸੀਗੀ ਕਿ ਅੰਦਰੋਂ ਜਿਹੜਾ ਮੇਨ ਡੋਰ ਸੀ ਘਰ ਦਾ ਲੌਕ ਸੀ ਅਤੇ ਫਿਰ ਵੀ ਕਤਲ ਹੋ ਗਿਆ। ਕੰਜੈਸਟਡ ਆਬਾਦੀ ਹੈ, ਉਹਦੇ 'ਚ ਅਸੀਂ ਦੋ ਮੁਲਜ਼ਮ ਅਰੈਸਟ ਕੀਤੇ ਨੇ। ਇੱਕ ਤਾਂ ਸ਼ਿਵਮ ਸ਼ਰਮਾ ਹੈ, ਸ਼ਿਵਮ ਦੀ ਜੇ ਮਦਰ ਨੇ ਉਹਨਾਂ ਦੀ ਸਕੀ ਮਾਸੀ ਸੀ ਮਰਨ ਵਾਲੇ ਸ਼ੀਲਾ ਦੇਵੀ ਜੀ, ਔਰ ਕਹਿੰਦਾ ਦੋਸਤ ਹੈ ਕਰਨ ਕੁਮਾਰ। ਜਿਹੜਾ ਸ਼ਿਵਮ ਹੈ ਇਹਦੀ ਪਹਿਲਾਂ ਨਸ਼ੇ ਦਾ ਆਦੀ ਸੀ ਔਰ ਡੀਡਿਕਸ਼ਨ ਸੈਂਟਰ 'ਚ ਵੀ ਰਿਹਾ। ਕਰਨ ਇੱਕ ਲੈਬੋਰਟਰੀ ਦੇ ਵਿੱਚ ਕੰਮ ਕਰਦਾ ਔਰ ਇਹਨਾਂ ਨੇ ਇੱਕ ਗਿਣੀ ਮਿੱਥੀ ਸਾਜ਼ਿਸ਼ ਅਧੀਨ ਗਲਵਜ਼ ਪਾ ਕੇ ਉਸ ਦਿਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਕੋਠੇ ਰਾਹੀਂ ਜਿਹੜੇ ਕਿਉਂਕਿ ਐਡਜੋਇਨਿੰਗ ਘਰ ਸੀਗੇ ਉਹਨਾਂ ਰਾਹੀਂ ਉਹ ਘਰ ਦੇ ਵਿੱਚ ਦਾਖਲ ਹੋ ਕੇ ਪੌੜੀਆਂ ਤੋਂ ਥੱਲੇ ਉੱਤਰ ਕੇ ਇਹਨਾਂ ਨੇ ਉਹ ਬਜ਼ੁਰਗ ਔਰਤ ਦਾ ਗਲਾ ਦਬਾ ਲਿਆ ਔਰ ਉਹਦੀ ਜਿਹੜੀਆਂ ਬਿਲੋਂਗਿੰਗ ਸੀਗੀਆਂ ਗੋਲਡ ਦੀਆਂ ਉਹਦੇ 'ਚ ਇੱਕ ਟੋਪ ਸੀਗੇ, ਰਿੰਗ ਸੀਗੀ ਅਤੇ ਇੱਕ ਘੜਾ ਸੀਗਾ, ਉਹ ਤਿੰਨੋਂ ਲੈ ਕੇ ਉੱਥੋਂ ਇਹ ਉਸੇ ਰਸਤੇ ਵਾਪਸ ਕੋਠੇ ਤੋਂ ਫਰਾਰ ਹੋ ਗਏ ਔਰ ਇਹਨਾਂ ਨੇ ਕਿਤੇ ਜਗ੍ਹਾ ਦਬਾਏ ਹੋਏ ਸੀ ਉਹ ਸਾਰੇ ਔਰਨਾਮੈਂਟਸ ਜਿਹੜੇ ਅਸੀਂ ਬਰਾਮਦ ਕਰ ਲਏ ਆ ਔਰ ਇਹ ਦੋਨਾਂ ਨੂੰ ਅੱਜ ਅਦਾਲਤ 'ਚ ਪੇਸ਼ ਕਰਾਂਗੇ। ਮੇਨਲੀ ਮੋਟਿਵ ਇਹਦੇ 'ਚ ਰੋਬਰੀ ਹੈ ਔਰ ਗੋਲਡ ਔਰਨਾਮੈਂਟਸ ਔਰ ਬਜ਼ੁਰਗ ਔਰਤ ਦਾ ਇਕੱਲਾ ਹੋਣਾ ਔਰ ਇਹ ਕਿਉਂਕਿ ਲੜਕਾ ਨੋਨ ਸੀ ਇਹਨੇ ਆਪਣੇ ਦੋਸਤ ਨੂੰ ਨਾਲ ਤਿਆਰ ਕਰ ਲਿਆ ਔਰ ਇਹਦੀ ਪਲੈਨਿੰਗ ਇਹੀ ਸੀ ਕਿ ਆਪਾਂ ਗੋਲਡ ਵੇਚ ਕੇ ਪੈਸੇ ਅੱਧੇ ਅੱਧੇ ਕਰਾਂਗੇ। ਦੇਖੋ ਇਹ ਮਾਤਾ ਜੀ ਨੇ ਵੀ ਇਹਦੀ ਜਿਹੜੇ ਮਰਨ ਵਾਲੇ ਸੀ ਉਹਨਾਂ ਨੇ ਵੀ ਇਹਨੂੰ ਬਹੁਤ ਸਮਝਾਇਆ ਸੀ ਕਿ ਡੀਡਿਕਸ਼ਨ ਸੈਂਟਰ ਤੋਂ ਜਾ ਕੇ ਆਪਣਾ ਇਲਾਜ ਕਰਾ, ਤੋ ਇਸ ਉਹ ਵੀ ਇਹਨੂੰ ਟਾਈਮ ਟੂ ਟਾਈਮ ਟੋਕਦੇ ਰਹਿੰਦੇ ਸੀ ਪਰ ਇਹ ਜਦੋਂ ਹੁਣ ਮੋਟਿਵ ਹੈ ਇਹਦੇ 'ਚ ਕਲੀਅਰ ਐਂਡ ਸਿੰਪਲ ਮੋਟਿਵ ਇਜ਼ ਰੋਬਰੀ ਔਰ ਉਹ ਮਰਡਰ ਵੀ ਉਹਨਾਂ ਨੇ ਇਸੇ ਕਰਕੇ ਕੀਤਾ ਵੀ ਸਾਨੂੰ ਕੱਲ੍ਹ ਨੂੰ ਕੋਈ ਪਹਿਚਾਣ ਨਾ ਲੈ। ਇਹ ਰੇਲਵੇ ਸਟੇਸ਼ਨ ਕੈਂਟ ਦੇ ਕੋਲ ਭਾਈ ਸਾਹਿਬ, ਮੈਂ ਉਹੀ ਤੁਹਾਨੂੰ ਦੱਸਿਆ ਕਿ ਅਸੀਂ ਉੱਥੇ ਮੌਕਾ ਵਿਜ਼ਿਟ ਕੀਤਾ ਸੀ ਸਾਰੇ ਸੀਨੀਅਰ ਅਫਸਰਸ ਨੇ ਔਰ ਸਪੈਸ਼ਲ ਟੀਮਸ ਅਸੀਂ ਲਾਈਆਂ ਸੀ ਉਸ ਗੱਲ ਦੇ ਵਿੱਚ, ਸਾਡੇ ਕੋਲ ਇਹ ਗੱਲ ਸਾਹਮਣੇ ਜ਼ਰੂਰ ਆਈ ਸੀ ਸਾਡੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ 'ਤੇ ਲੱਗਦਾ ਸੀ ਕਿ ਕੋਈ ਇਨਸਾਈਡਰ ਦਾ ਵੀ ਰੋਲ ਹੋ ਸਕਦਾ ਹੈ ਜਾਂ ਉੱਥੇ ਉਹਦੇ ਕੋਈ ਜਿਹੜਾ ਨੇੜੇ ਤੇੜੇ ਨੇਬਰਹੁੱਡ 'ਚ ਵੀ ਹੋ ਸਕਦਾ, ਸੋ ਉਹਦੇ 'ਚ ਸਾਨੂੰ ਕੁਛ ਐਵੀਡੈਂਸ ਕੁਛ ਲੋਕਾਂ ਵੱਲੋਂ ਵੀ ਇਹਦੇ ਬਾਰੇ ਖੁਫੀਆ ਇਤਲਾਹ ਦਿੱਤੀ ਗਈ ਉਹਦੇ ਤਹਿਤ ਅਸੀਂ ਇਹਨਾਂ ਤੱਕ ਪਹੁੰਚੇ। ਅਤੇ ਉਹ ਦੋਸਤ ਹੈ ਇਹਦਾ ਕਾਫੀ ਪੁਰਾਣਾ ਔਰ ਇਹਨਾਂ ਨੇ ਇਹ ਦੋਨਾਂ ਨੇ ਮੈਂ ਤੁਹਾਨੂੰ ਦੱਸਿਆ ਪਲੈਨ ਕੀਤਾ ਸੀ ਕਿ ਆਪਾਂ ਉਹਨੂੰ ਵੀ ਪੈਸੇ ਦੀ ਲੋੜ ਸੀ ਇਹਨੂੰ ਵੀ ਸੀਗੀ ਕਿ ਆਪਾਂ ਇਹ ਜਿਹੜਾ ਗੋਲਡ ਵੇਚ ਕੇ ਆਪਾਂ ਅੱਧਾ ਅੱਧਾ ਕਰਾਂ। ਗੋਲਡ ਅਲੱਗ ਅਲੱਗ ਜਗ੍ਹਾ ਤੋਂ 27 ਐਕਟ ਐਵੀਡੈਂਸ ਐਕਟ ਦੇ ਵਿੱਚ ਇਹਨਾਂ ਮੁਲਜ਼ਮਾਂ ਤੋਂ ਬਰਾਮਦ ਹੋਇਆ, ਅੱਧਾ ਇੱਕ ਕੋਲ ਸੀ ਅੱਧਾ ਇੱਕ ਕੋਲ ਸੀ। ਜਿਹੜਾ ਇਹ ਸ਼ਿਵਮ ਹੈ ਤਾਂ ਬਿਲਕੁਲ ਵਿਹਲਾ ਹੈ, ਇਹ ਪਲੱਸ ਟੂ ਪਾਸ ਹੈ, ਦੂਜਾ ਲੜਕਾ 8ਵੀਂ ਪਾਸ ਹੈ ਪਰ ਲੈਬੋਰਟਰੀ ਦੇ ਵਿੱਚ ਕੰਮ ਕਰਦਾ ਹੈ ਜਿੱਥੋਂ ਕਿ ਉਹ ਦਸਤਾਨੇ ਵੀ ਆਪਣੇ ਪ੍ਰੋਕਿਓਰ ਕਰਕੇ ਲੈ ਕੇ ਆਇਆ ਸੀ ਕ੍ਰਾਈਮ ਨੂੰ ਅੰਜਾਮ ਦੇਣ ਵਾਸਤੇ। ਨਹੀਂ ਉਦੋਂ ਤਾਂ ਹਨੇਰਾ ਹੋ ਗਿਆ ਸੀਗਾ, ਇਹ ਕਹਿੰਦੇ ਵੀ ਅਸੀਂ ਬਿਲਕੁਲ ਨੰਗੇ ਪੈਰ ਗਏ ਹਾਂ ਔਰ ਗਲਵਜ਼ ਪਾ ਕੇ ਗਏ ਹਾਂ ਔਰ ਜਦੋਂ ਸਾਰੇ ਬਿਲਕੁਲ ਸ਼ਾਂਤੀ ਹੋ ਗਈ ਸੀ ਉਦੋਂ ਜਾ ਕੇ ਇਹਨਾਂ ਨੇ ਇੱਕਦਮ ਲੇਡੀ ਦੇ ਉੱਤੇ ਅਟੈਕ ਕਰ ਦਿੱਤਾ ਔਰ ਉਹਦੇ ਤਹਿਤ ਉਹਦਾ ਮਰਡਰ ਕਰਕੇ ਮੁੜ ਕੇ ਫਰਾਰ ਹੋ ਗਏ। ਉਹ ਏ ਜੀ ਨੇ ਜੀ ਆਪਣੇ ਮਿਸਟਰ ਸਰੀਨ ਇੱਥੇ ਆਪਣੇ ਉਹੀ ਮਦਈ ਮੁਕੱਦਮਾ ਨੇ, ਉਹਨਾਂ ਨੇ ਬਦਰ ਵੀ ਜਿਹੜੇ ਸਬ ਇੰਸਪੈਕਟਰ ਹੈ ਪੰਜਾਬ ਪੁਲਿਸ 'ਚ।